ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਗੋਲੀਕਾਂਡ ਅਤੇ ਬੇਅਦਬੀ ਮਾਮਲੇ ਵਿੱਚ ਘਿਰੇ ਅਕਾਲੀ ਦਲ ਨੂੰ ਲਗਾਤਾਰ ਸਿੱਖ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਹੈ, ਜਿੱਥੇ ਸੁਖਵੀਰ ਸਿੰਘ ਬਾਦਲ ਦਾ ਸਿੱਖ ਸੰਗਤਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਸਿੱਖ ਸੰਗਤਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਇੰਸਾ ਦਾ ਪੁੱਤਰ ਸੁਖਵੀਰ ਸਿੰਘ ਇੰਸਾ ਦੱਸਦੇ ਹੋਏ ਕਿਹਾ ਕਿ ਸਾਰੀਆਂ ਸਿੱਖ ਸੰਗਤਾਂ ਚਾਹੁੰਦੀਆਂ ਹਨ ਕਿ ਅਕਾਲੀ ਦਲ ਕਦੇ ਵੀ ਮੁੜ ਸੱਤਾ ਵਿੱਚ ਨਾ ਆਵੇ। ਅੱਜ ਇੱਥੇ ਇਕੱਤਰ ਹੋਈਆਂ ਕਿਉਂਕਿ ਇੱਥੋਂ ਜਿਹੜਾ ਪ੍ਰਕਾਸ਼ ਸਿੰਘ ਇੰਸਾ ਦਾ ਪੁੱਤ ਸੁਖਵੀਰ ਸਿੰਘ ਇੰਸਾ ਉਹ ਇੱਥੋਂ ਦੀ ਲੰਘ ਰਿਹਾ। ਇਹ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਦੋਸ਼ੀ ਇਹ ਬਾਦਲ ਲਾਣੇ ਦਾ ਵਿਰੋਧ ਕਰਨ ਵਾਸਤੇ ਉਹਨੂੰ ਕਾਲੀਆਂ ਝੰਡੀਆਂ ਵਿਖਾਉਣ ਵਾਸਤੇ ਸਾਰੀਆਂ ਸੰਗਤਾਂ ਪੰਥ ਦੇ ਦਰਦੀ ਇਹ ਸਾਰੇ ਸਿੰਘ ਸੰਗਤਾਂ ਇਕੱਠੀਆਂ ਹੋਈਆਂ ਨੇ ਤਾਂ ਕਿ ਉਹਨਾਂ ਨੂੰ ਥੋੜ੍ਹੀ ਬਹੁਤੀ ਸ਼ਰਮ ਆਵੇ ਜਿਹੜੇ ਹੁਣ ਫਿਰ ਸੱਤਾ ਭਾਲਦੇ ਆ ਪਾਵਰ ਭਾਲਦੇ ਆ ਕਿ ਅੱਗੇ ਤੁਸੀਂ ਪਾਵਰ ਸੰਗਤਾਂ ਨੇ ਤੁਹਾਨੂੰ ਦਿੱਤੀ ਅਤੇ ਤੁਸੀਂ ਸੰਗਤਾਂ ਨਾਲ ਹੀ ਧੋਖਾ ਕਮਾਇਆ, ਪੰਥ ਦੇ ਨਾਂ 'ਤੇ ਵੋਟਾਂ ਲੈ ਕੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਗਦਾਰੀ ਕੀਤੀ ਆ, ਸਰਸੇ ਵਾਲੇ ਸਾਧ ਨੂੰ ਸੌਦਾ ਸਾਧ ਨੂੰ ਮਾਫੀਨਾਮਾ ਦੇ ਕੇ ਜਾਂ ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਸਿੱਖ ਹਿਰਦਿਆਂ ਨੂੰ ਇਹਨਾਂ ਨੇ ਵਲੂੰਦ ਰਿਹਾ ਹੈ। ਇਸ ਕਰਕੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਇਹਨਾਂ ਨੂੰ ਸ਼ਰਮ ਦੇਣ ਵਾਸਤੇ ਇਹ ਕਾਲੀਆਂ ਝੰਡੀਆਂ ਲੈ ਕੇ ਇੱਥੇ ਸੰਗਤਾਂ ਜਿਹੜੀਆਂ ਅੱਜ ਇਕੱਤਰ ਹੋਈਆਂ ਨੇ। ਮਹਾਰਾਜ ਦੇ ਅੱਗੇ ਸੰਗਤਾਂ ਅਰਦਾਸ ਵੀ ਕਰਦੀਆਂ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਨਾਂ 'ਤੇ ਪਾਵਰਾਂ ਲੈ ਕੇ ਅਤੇ ਗੁਰੂ ਦੀ ਬੇਅਦਬੀ ਕਰਾਈ ਆ ਇਹਨਾਂ ਨੂੰ ਦੁਬਾਰਾ ਮਹਾਰਾਜ ਕਦੇ ਸੱਤਾ ਨਾ ਦੇਵੇ, ਸੰਗਤਾਂ ਦੇ ਹਿਰਦਿਆਂ ਦੀ ਅਰਦਾਸ ਵੀ ਆ। ਪਿੰਡ ਪਿੰਡ ਸ਼ਹਿਰ ਕਸਬਿਆਂ ਵਿੱਚ ਫਿਰਦੀਆਂ ਵੋਟਾਂ ਮੰਗਦੀਆਂ, ਉੱਥੇ ਕੌਮ ਦੇ ਗਦਾਰ ਪੰਥ ਦੋਖੀ ਬਾਦਲ ਕੇ ਵੀ ਫਿਰਦੇ ਆ, ਜੋ ਅੱਜ ਇਹ ਗੁਰਸਿੱਖ ਗੁਰਮੁਖ ਪਿਆਰੇ ਉਹਨਾਂ ਦੇ ਵਿਰੋਧ ਦੇ ਵਿੱਚ ਕਾਲੇ ਝੰਡੇ ਲੈ ਕੇ ਤਲਵੰਡੀ ਦੇ ਬਾਈਪਾਸ 'ਤੇ ਖਲੋਤੇ ਹਨ। ਇਹਨਾਂ ਨੂੰ ਇੱਕ ਰੋਸ ਆ, ਇੱਕ ਰੋਹ ਆ, ਕਿਉਂਕਿ ਇਹ ਸਾਡੀ ਕੌਮ ਦੇ ਗਦਾਰ ਹਨ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਰੂੜੀਆਂ 'ਤੇ ਰੋਲਿਆ, ਰੋਲਣ ਵਾਲਿਆਂ ਦੀ ਮਦਦ ਕੀਤੀ, ਔਰ ਜਿਹੜੇ ਦੋਖੀ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਰੂੜੀਆਂ 'ਤੇ ਰੋਲੇ ਸਰਸੇ ਵਾਲੇ, ਉਹਨਾਂ ਨੂੰ ਤਾਂ ਇਹਨਾਂ ਨੇ ਸੁਰੱਖਿਆ ਦਿੱਤੀ ਹੈਗੀ ਆ। ਔਰ ਜਿਹੜੇ ਸਿੰਘਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਫੜੋ ਔਰ ਕੋਟਕਪੂਰੇ ਧਰ ਛਾਤਵੇਂ ਢੰਗ ਦੇ ਨਾਲ ਬੈਠੇ ਸਨ, ਇਹ ਬਾਦਲ ਪਰਿਵਾਰ ਨੇ ਉਹਨਾਂ ਉੱਤੇ ਗੰਦਾ ਪਾਣੀ ਔਰ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ। ਅੱਜ ਇਹ ਪਤਾ ਨਹੀਂ ਕਿਹੜੇ ਮੂੰਹ ਨਾਲ ਪਿੰਡਾਂ ਵਿੱਚ ਵੋਟਾਂ ਮੰਗਣ ਆਉਂਦੇ ਹਨ, ਔਰ ਬੜੀ ਬੇਸ਼ਰਮੀ ਦੀ ਗੱਲ ਹੈ ਜਿਹੜੇ ਲੋਕ ਗਾਤਰੇ ਉੱਤੋਂ ਦੀ ਪਾ ਕੇ ਇਹਨਾਂ ਦੇ ਨਾਲ ਤੁਰੇ ਫਿਰੇ ਹਨ, ਫਿਰਦੇ ਹਨ, ਔਰ ਇਹਨਾਂ ਦੇ ਪੱਖ ਵਿੱਚ ਅੱਜ ਵੀ ਖੜ੍ਹੇ ਹਨ। ਪਤਾ ਨਹੀਂ ਉਹਨਾਂ ਦਾ ਗੁਰੂ ਕਿਹੜਾ ਹੈ, ਸਮਝੋ ਬਾਹਰ ਹੀ ਆ। ਅੱਜ ਤੋਂ ਇਹ ਨਿਰਣਾ ਕਰ ਲਓ ਕਿ ਅਸੀਂ ਅਕਾਲੀ ਦਲ ਨੂੰ ਵੋਟ ਨਹੀਂ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਸਾਂਝ ਟੀਵੀ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।